ਸਸਿਕਾਲ ਜੀ ਪ੍ਰਾਈਮੇਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਜਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਹੈ ਕਿਉਂਕਿ ਕਈ ਦਿਨਾਂ ਦਾ ਬੀਬੀ ਜਗੀਰਕੁਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗਦਾ ਸੀ ਆਮੋ ਸਾਹਮਣੇ ਹੈ ਦੂਸਰੇ ਪਾਸੇ ਰਵਨੀਤ ਬਿੱਟੂ ਹੁਣਾ ਨੇ ਛਾਪੇ ਮਾਰੀ ਕੀਤੀ ਹੈ ਚਰਚਾ ਉਹਦੀ ਵੀ ਹੋਰ ਬਹੁਤ ਹੋ ਰਹੀ ਹੈ ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਪੰਨੂ ਸਾਹਿਬ ਸਵਾਗਤ ਹੈ ਸასი ਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਬੀਬੀ ਜਗੀਰਕਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਜੋ ਚੱਲਦਾ ਪਿਆ ਸੀ ਅੱਜ ਚੋਣ ਹੋ ਗਈ ਹੈ ਪ੍ਰਧਾਨਗੀ ਦੀ ਤੇ ਹਰਜੀਤ ਸਿੰਘ ਧਾਮੀ ਹੁਣਾ ਨੂੰ ਪ੍ਰਧਾਨ ਚੁਣ ਲਿਆ ਗਿਆ ਕਿਵੇਂ ਦੇਖਦੇ ਆ ਕਿਉਂਕਿ ਕਈ ਤਰ੍ਹਾਂ ਦੀਆਂ ਚਰਚਾਵਾਂ ਪਹਿਲੇ ਚੱਲਦੀਆਂ ਪਈਆਂ ਸੀ ਨਵਜੀਤ ਜੀ ਇਹ ਚੋਣ ਬੀਬੀ ਜਗੀਰਕੌਰ ਬਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ ਇਹ ਚੋਣ ਸੀਗੀ ਅਕਾਲੀ ਦਲ ਦੇ ਦੋ ਧੜਿਆਂ 'ਚ ਇੱਕ ਧੜਾ ਸੀ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਉਹਦੀ ਅਗਵਾਈ ਹੜ ਜਿਨ੍ਹਾਂ ਨੇ ਉਮੀਦਵਾਰ ਫਿਰ ਇੱਕ ਵਾਰੀ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੂੰ ਖੜਾ ਕੀਤਾ ਸੀ ਜਿਹੜੇ ਪਿਛਲੇ ਸਾਲ ਤੋਂ ਪ੍ਰਧਾਨ ਚੱਲੇ ਹੋ ਗਏ ਦੂਸਰੇ ਪਾਸੇ ਤੋਂ ਅਕਾਲੀ ਦਲ ਤੋਂ ਐਸ ਵੇਲੇ ਬਾਗੀ ਆਵਾਜ਼ ਉੱਠੀ ਬੀਬੀ ਜਗੀਰਕੌਰ ਜਿਹੜੀ ਪਹਿਲਾਂ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੇ ਆ ਉਹਦਾ ਇੱਕੋ ਹੀ ਸੀ ਕਿ ਮੈਨੂੰ ਲਫਾਫਾ ਕਲਚਰ ਪ੍ਰਵਾਨ ਨਹੀਂ ਮੈਂ ਵੀ ਲਫਾਫਾ ਕਲਚਰ ਨਾਲ ਪ੍ਰਧਾਨ ਬਣਦੀ ਰਹੀ ਆ ਪਰ ਜਦ ਤੱਕ ਲਫਾਫਾ ਖੋਲਿਆ ਨਹੀਂ ਜਾਂਦਾ ਚੋਣ ਦੇ ਮੀਟਿੰਗ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਣਾ ਇਹ ਮੈਨੂੰ ਪ੍ਰਵਾਨ ਨਹੀਂ ਮੈਂ ਕੱਲੀ ਵੀ ਰਹਿ ਜਾਵਾਂ ਤੇ ਚੋਣ ਲੜਾਂਗੀ ਉਹਨੇ ਚੋਣ ਲੜੀ ਆ ਖੈਰ ਉਹ ਤਾਂ ਢੀ ਲਫਾਫਾ ਕਲਚਰ ਵਾਲੀ ਗੱਲ ਸੀ ਉਹ ਤਾਂ ਸਾਰੇ মিডিਆ ਨੇ ਕਹਿ ਦਿੱਤਾ ਜੀ ਉਹਦੀ ਉਹ ਡਿਪਰੈਸ਼ਰ ਥੱਲੇ ਪਾਰਟੀ ਨੇ ਪਰਿਆਣੀ ਰਵਾਇਦਾਤ ਛੱਡ ਦਿੱਤੀ ਜੀ ਤੇ 5-6 ਦਿਨ ਪਹਿਲਾਂ ਹੀ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਨਾਂ ਅਨਾਉਂਸ ਕਰਤਾ ਇਹਦੇ ਨਾਲ ਇੱਕ ਤਰ੍ਹਾਂ ਉਹ ਇਹ ਕਹਿ ਸਕਦੀ ਆ ਕਿ ਮੈਂ ਜਿਹੜੀ ਗੱਲ ਲੈ ਕੇ ਤੁਰੀ ਸਾਹ ਕਰਵਾ ਲਈ ਦੂਜੀ ਗੱਲ ਸੀ ਚੋਣ ਦੀ ਬੀਬੀ ਜ਼ਗੀਰਕੁਰ ਦਾ ਕੈਂਪ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਸੀ ਅਸੀਂ ਲਗਾਤਾਰ ਇਹ ਗੱਲ ਕਹਿੰਦੇ ਰਹੇ ਕੱਲ ਵੀ ਇਹ ਕਿਹਾ ਸੀ ਕਿ ਅਸੀਂ ਨਾ ਹਰਜਿੰਦਰ ਸਿੰਘ ਧਾਮੀ ਦੇ ਪੱਖ ਵਿੱਚ ਨਾ ਵਿਰੋਧ ਚ ਨਾ ਬੀਬੀ ਜ਼ਗੀਰਕੁਰ ਦੇ ਪੱਖ ਵਿੱਚ ਨਾ ਉਹਦੇ ਵਿਰੋਧ ਚ ਜੀ ਅਸੀਂ ਇਹ ਵੇਖ ਰਹੇ ਹਾਂ ਕਿ ਕੀ ਹੁੰਦਾ ਕਿਉਂਕਿ ਨਵੀਂ ਚੋਣ ਸਿੱਖਾਂ ਨੇ ਨਹੀਂ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ 10-12 ਸਾਲ ਪਹਿਲਾਂ ਸਿੱਖਾਂ ਨੇ ਇੱਕ ਵਾਰ ਚੁਣੇ ਸੀ ਉਹਨਾਂ ਮੈਂਬਰਾਂ ਦੇ ਵਿੱਚੋਂ ਚੋਣ ਹੋਣੀ ਆ ਉਹਨਾਂ ਚੋਂ ਪਹਿਲੇ ਕੁਝ ਲੋਕ ਧੜਿਆਂ ਨਾਲ ਵੱਜੇ ਇਹਨਾਂ ਵਿੱਚ 22 ਮੈਂਬਰ ਤੇ ਇਹੋ ਜਿਹੇ ਵੀ ਆ ਉਹਨਾਂ ਨਾਲ ਚ ਪਤਾ ਨਹੀਂ ਕਿੰਨੇ ਜਿਉਂਦੇ ਆ ਕਿੰਨੇ ਨਹੀਂ ਜਿਨ੍ਹਾਂ ਨੇ ਬਰਗਾੜੀ ਕੋਟਕਪੂਰਾ ਤੇ ਬਾਈਬਲ ਕਲਾ ਕਾਂਡ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦਿੱਤੇ ਸੀ ਕੁਝ ਤੇ ਬਾਅਦ ਚ ਆਪੇ ਹੀ ਅਸਤੀਫਾ ਵਾਪਸ ਵੀ ਲੈ ਲੈ ਚੁੱਪਚਾਪ ਇਤੇ ਪਤਾ ਹੀ ਨਿਕਣ ਦਿੱਤਾ ਇਦਾਂ ਦਾ ਬਥੇਰਾ ਕੁਝ ਉੱਥੇ ਚੱਲਦਾ ਪਿਆ ਸੀ ਉਹ ਅੱਜ ਸਾਰਾ ਕੁਝ ਖਤਮ ਹੋ ਗਿਆ ਅੱਜ ਪੈਗੀਆਂ ਵੋਟਾਂ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ ਉਹਨਾਂ ਨੂੰ ਪਈਆਂ ਨੇ 104 ਵੋਟਾਂ ਬੀਬੀ ਜਗੀਰਕੌਰ ਨੂੰ ਪਈਆਂ ਨੇ 42 ਹੁਣ ਇਹਦੇ ਚ ਜਿਹੜੇ ਬੀਬੀ ਜਗੀਰਕੌਰ ਦੇ ਧੜੇ ਵਾਲੇ ਸੀ ਪਹਿਲਾਂ ਤੇ ਕਹਿੰਦੇ ਸੀ ਅਸੀਂ ਜਿੱਤ ਜਾਾਂਗੇ ਅੱਜ ਸਵੇਰੇ ਜਦੋਂ ਸਖਦੇਵ ਸਿੰਘ ਟਿੰਡਸਰ ਦਾ ਬਿਆਨ ਆਇਆ ਕਿ ਜੇ 50 ਤੋਂ ਘੱਟ ਹੋਈਆਂ ਤੇ ਅਸੀਂ ਆ ਕਰਾਂਗੇ ਉਹਦੇ ਤੋਂ ਪਹਿਲਾਂ ਬਾਦਲ ਕਾਲੀਦਾਰ ਵੱਲੋਂ ਇੱਕ ਲੀਡਰ ਦਾ ਬਿਆਨ ਆ ਗਿਆ ਸੀ ਕਿ ਤੁਹਾਨੂੰ 50 ਵੋਟਾਂ ਨਹੀਂ ਪੈਣੀਆਂ ਨਾ ਤੇ ਬੀਬੀ ਦੇ ਧੜੇ ਵਾਲੇ 50 ਤੋਂ ਵਧਾ ਸਕੇ ਨਾ ਦੂਸਰੇ ਧੜੇ ਵਾਲੇ ਬੀਬੀ ਦੀਆਂ 50 ਤੋਂ ਘਟਾ ਸਕੇ ਗੱਲ ਉੱਥੇ ਦੀ ਉੱਥੇ ਰਹਿ ਗਈ ਜਿਹੜੀ ਪਰਸੋਂ ਤੱਕ ਬੀਬੀ ਜ਼ਗੀਰਪੁਰ ਬਹੁਤ ਚੜਤ ਵਿੱਚ ਸੀ ਕੱਲ ਸਵੇਰ ਤੋਂ ਬਾਅਦ ਉਹਨੇ ਥੋੜਾ ਥੋੜਾ ਡੌਨ ਜਾਣਾ ਸ਼ੁਰੂ ਕਰ ਦਿੱਤਾ ਸੀ ਉਹਦਾ ਕਾਰਨ ਇਹ ਕਹੇ ਸੀਗਾ ਜਿਹੜੀਆਂ ਸਾਡੇ ਕੋਲ ਗੱਲਾਂ ਪਹੁੰਚਦੀਆਂ ਕਿ ਬੀਬੀ ਜਗੀਰ ਕੌਰ ਨੇ ਚੋਣ ਬੇਸ਼ੱਕ ਉਹ ਕਹਿੰਦੀ ਕਿ ਮੈਂ ਆਪਣੇ ਸਿਰ ਤੇ ਲੜੀ ਆ ਜੀ ਆਪਣੇ ਸਿਰ ਤੇ ਉਹਨੇ ਨਹੀਂ ਲੜੀ ਜਿਹੜਾ ਇਹ ਦੋਸ਼ ਲੱਗਦਾ ਕਿ ਇਹ ਚੋਣ ਉਹਦੇ ਪਿਛੇ ਖੜੀ ਭਾਜਪਾ ਲੜ ਰਹੀ ਸੀ ਗੱਲ ਇਹ ਵੀ ਹੈ ਨਹੀਂ ਅਸਲ ਗੱਲ ਇਹ ਹੈ ਕਿ ਦਿੱਲੀ ਚ ਤਿੰਨ ਲੀਡਰ ਹੋ ਜੇ ਜਿਨ੍ਹਾਂ ਨੇ ਬੀਬੀ ਨੂੰ ਆਖਿਆ ਕਿ ਇਹ ਪੁਰਾਣੀ ਰਵੈਤ ਤੋੜਨੀ ਚਾਹੀਦੀ ਹੈ ਬੀਬੀ ਜੀ ਤੁਸੀਂ ਚੋਣ ਲੜੋ ਬੀਬੀ ਇਹ ਸੱਚ ਹੈ ਝੂਠ ਹੈ ਬੀਬੀ ਨੂੰ ਹੁਣ ਗੱਲ ਸਾਰੇ ਖੋਲ ਦੇਣੀ ਚਾਹੀਦੀ ਹੈ ਉਹਨਾਂ ਲੀਡਰਾਂ ਨੇ ਇਹ ਗੱਲ ਆਖੀ ਉਹੋ ਹੀ ਇਹਦੇ ਨਾਲ ਸੰਡਟ ਕੇ ਖੜੇ ਤੇ ਆਖਿਆ ਸੀ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਪਰਸੋਂ ਸ਼ਾਮ ਨੂੰ ਉਹਨਾਂ ਦੀ ਬੋਲੀ ਬਦਲਣੀ ਸ਼ੁਰੂ ਹੋ ਗਈ ਨਹੀਂ 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 ਜੀ ਨਹੀਂ ਇਹ ਕਾਲੀ ਦਲ ਦੀ ਮਜ਼ਬੂਤੀ ਉਹੀ ਬੰਦੇ ਆ ਜਿਹੜੇ 15 20 ਸਾਲ ਤੱਕ ਸੁਖਬੀਰ ਸਿੰਘ ਬਾਦਲ ਨੂੰ ਉੱਤੇ ਬਾਦਲ ਪਰਿਵਾਰ ਨੂੰ ਉਠਾ ਸਿੱਧਾ ਬੋਲਦੇ ਰਿਹਾ ਸੀ ਜਦੋਂ ਪਰਸੋਂ ਸ਼ਾਮ ਤੋਂ ਉਹਨਾਂ ਨੇ ਬੋਲੀ ਬਦਲ ਲਈ ਉਦੋਂ ਲਗਭਗ ਸਪਸ਼ਟ ਹੋ ਗਿਆ ਸੀ ਕਿ ਹੁਣ ਬੀਬੀ ਜਿੱਤ ਨਹੀਂ ਸਕਦੇ ਜੀ ਕੱਲ ਸਵੇਰ ਤੱਕ ਇਹ ਗੱਲ ਸਪਸ਼ਟ ਹੋਣ ਲੱਗ ਪਈ ਸੀ ਦੁਪਹਿਰੇ ਜਦੋਂ ਸੰਤ ਬਲਬੀਰ ਸਿੰਘ ਘੁੰਸ ਨੇ ਆਖਿਆ ਕਿ ਮੈਂ ਬਾਦਲ ਧਰ ਦੇ ਨਾਲ ਵੋਟ ਨਹੀਂ ਕਰਨੀ ਤੇ ਬੀਬੀ ਨੂੰ ਵੋਟ ਕਰੂੰਗਾ ਕੁਝ ਲੋਕਾਂ ਨੂੰ ਇਹ ਲੱਗਦਾ ਸੀ ਕਿ ਉਹਦੇ ਨਾਲ ਹੁਣ ਬੀਬੀ ਵਾਲਾ ਪੱਖ ਭਾਰੂ ਹੋ ਜੇ ਪਰ ਨਹੀਂ ਉਹ ਜਦੋਂ ਦਿੱਲੀ ਤੋਂ ਪਲਟੀ ਵਜ ਗਈ ਉੱਥੇ ਇਹ ਕਹਿੰਦੇ ਆ ਕਿ ਇੱਕ ਖਸੂਦਾਂ ਖਾਸ ਸਮਝੌਤਾ ਹੋਇਆ ਉਹਨੇ ਸਾਰੀਆਂ ਗੱਲਾਂ ਦਿੱਲੀ ਤੋਂ ਛਣ ਛਣ ਕੇ ਪੁਣ ਪੁਣ ਕੇ ਸੜ ਤੱਕ ਪਹੁੰਚਦੇ ਆ ਜੀ ਸਾਨੂੰ ਤਾਂ ਕੋਈ ਪਤਾ ਨਹੀਂ ਕੀ ਅੰਦਰ ਅੰਦਰੋਂ ਅਕਾਲੀ ਪਾਰਟੀ ਚ ਜਿੰਨੇ ਲੀਡਰ ਉਹਨੇ ਮੂੰਹ ਆ ਹਰ ਕੋਈ ਆਪੋ ਆਪਣੀ ਗੱਲ ਕਹਿ ਰਿਹਾ ਪਰ ਵੱਡੀ ਗੱਲ ਇਹ ਆ ਕਿ ਇਸ ਵਾਰੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਬੜੇ ਡੈਮੋਕਰੇਟਿਕ ਤਰੀਕੇ ਨਾਲ ਲੋਕਤੰਤਰੀ ਤਰੀਕੇ ਨਾਲ ਹੋਈ ਆ ਜੀ ਇੱਕ ਨਵੇਂ ਲੀਪ ਹੈ ਗਈ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਜੇ ਲੋਕਤੰਤਰੀ ਤਰੀਕੇ ਨਾਲ ਹੁੰਦੀ ਰਵੇ ਤੇ ਉਹ ਜ਼ਿਆਦਾ ਠੀਕ ਆ ਪਿਛਲੇ ਵੀ 25 ਸਾਲਾਂ ਦੀ ਜਿਹੜੀ ਰਵੈਤ ਤੋਂ ਟੁੱਟ ਗਈ ਐ ਉੰਜ ਜਿਹੜੀ ਗੱਲ ਮੈਂ ਵਾਰ-ਵਾਰ ਪਿਛਲੇ ਸਾਰੇ ਦਿਨਾਂ ਚ ਕਹਿੰਦਾ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਐਡ ਕੋਈ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲੱਗਦਾ ਜੀ ਇਹ ਵੀ ਆ ਕਿ ਆਦਮੀ ਪੁੱਜ ਕੇ ਮੰਦਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਧਾਰੇ ਦੀ ਗੱਡੀ ਵੀ ਅੱਜ ਤੱਕ ਇੱਕ ਵਾਰ ਨਹੀਂ ਉਹਨੇ ਵਰਤੀ ਔਰ ਆਪਣੀ ਗੱਡੀ ਜਿਹੜੀ ਵਰਤਨੀ ਉਹਦੇ ਵਾਸਤੇ ਕਦੇ ਉਹਨਾਂ ਤੋਂ ਤੇਲ ਵੀ ਨਹੀਂ ਲਿਆ ਇਹ ਸਾਰੀਆਂ ਗੱਲਾਂ ਉਹਦੇ ਪੱਖ ਚ ਜਾਂਦੀਆਂ ਸੀ ਉਹਦਾ ਸਾਊਪ ਹੁਣਾ ਔਰ ਮੜਮੜ ਕੇ ਜਦੋਂ ਬੀਬੀ ਜਗੀਰਕੌਰ ਦੇ ਖਿਲਾਫ ਕਈ ਹੋਰ ਬੜਾ ਪੁੱਠਾ ਸਿੱਧਾ ਬੋਲਦੇ ਸੀ ਉਦੋਂ ਮੈਂ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਦੇ ਖਿਲਾਫ ਨਹੀਂ ਬੋਲਿਆ ਜੀ ਉਹਨੇ ਕਿਹਾ ਸਾਡੇ ਲੀਡਰ ਨੇ ਸਾਡੇ ਵਿੱਚ ਹੀ ਰਹੇ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਐਤੋਂ ਬਾਅਦ ਉਹਨੇ ਕੁਝ ਨਹੀਂ ਆਖਿਆ ਜਿਹੜਾ ਉਹਦਾ ਸਾਉਪਣਾ ਸੀ ਕਿ ਉਹਦੀ ਸਾਉਦਿਕ ਸੀ ਕਿ ਕਿਸੇ ਦੇ ਖਿਲਾਫ ਇਹੋ ਜੀ ਕੋਈ ਮਾੜੀ ਚੰਗੀ ਗੱਲ ਨਹੀਂ ਕਹਿੰਦੇ ਜਿਹੜਾ ਇਹ ਸੀ ਕਿ ਉਹ ਕਿਸੇ ਦਾ ਪੈਰ ਨਹੀਂ ਮਿੱਦਦੇ ਉਹਨਾਂ ਦੀ ਇਮਾਨਦਾਰੀ ਉਹ ਸਾਰੀਆਂ ਗੱਲਾਂ ਕਿਤਨੇ ਕਿਤੇ ਇਹਦੇ ਚ ਕਾਊਂਟ ਕੀਤੀਆਂ ਨੇ ਬਾਕੀ ਫਿਰ ਪਾਰਟੀ ਨਾਲ ਜੁੜੇ ਲੋਕ ਕਿੱਦਾਂ ਉਧਰ ਭੁਗਤ ਗਏ ਕੀ ਕੁਛ ਆ ਉਹ ਸਾਰਾ ਕੁਝ ਵੱਖਰਾ ਪਰ ਵੱਡੀ ਗੱਲ ਇਹ ਆ ਕਿ ਲੋਕਤੰਤਰੀ ਤਰੀਕੇ ਨਾਲ ਇੱਕ ਚੋਣ ਸਿਰੇ ਚੜ ਗਈ ਆ ਕਿਸੇ ਕਿਸ ਨੂੰ ਦਾ ਕੋਈ ਵੱਡਾ ਟਕਰਾਅ ਵਾਲੀ ਗੱਲ ਕੋਈ ਉੱਥੇ ਬਿਲਕੁਲ ਨਹੀਂ ਵਾਪਰੀ ਜੀ ਪਰ ਸਾਬ ਹੁਣ ਗੱਲ ਕਰਨੀ ਆ ਮਾਈਨਿੰਗ ਦੀ ਸਤਲੁਜ ਰਿਆਦੇ ਇਲਾਕੇ ਦੇ ਵਿੱਚ ਮਾਈਨਿੰਗ ਦੀਆਂ ਬਹੁਤ ਖਬਰਾਂ ਆਉਂਦੀਆਂ ਰਹਿੰਦੀਆਂ ਕਈਆਂ ਨੇ ਡਿਪਟੀ ਕਮਿਸ਼ਨਰ ਸਾਹਿਬ ਹੋ ਗਏ ਐ ਮੰਤਰੀ ਸਹਿਬਾਨ ਹੋ ਗਏ ਉਹਨਾਂ ਤੱਕ ਮੰਗ ਪੱਤਰ ਪਹੁੰਚਾ ਦਿੱਤੇ ਹੈ ਹੁਣ ਰਵਨੀਤ ਬਿੱਟੂ ਨੇ ਛਾਪੇਮਾਰੀ ਕੀਤੀ ਹੈ ਆਮ ਆਦਮੀ ਪਾਰਟੀ ਨੂੰ ਵੀ ਵਿਚ ਲਿਆਂਦਾ ਕਟਾਰੇ ਦੇ ਵਿੱਚ ਕੀ ਆ ਦੇਖੋ ਜੀ ਮਾਈਨਿੰਗ ਹੋ ਰਹੀ ਹੈ ਇੱਥੇ ਰਾਤ ਨੂੰ ਛਾਪੇਮਾਰੀ ਕੀਤੀ ਹੈ ਵੈਸੇ ਤਾਂ ਤੁਸੀਂ ਹਮੇਸ਼ਾ ਕਹਿੰਦੇ ਪੰਜਾਬ ਦੇ ਕਈ ਇਲਾਕੇ ਜਿੱਥੇ ਮਾਈਨਿੰਗ ਚੱਲਦੀ ਪਈ ਹੈ ਪਰ ਆ ਛਾਪੇਮਾਰੀਆਂ ਦਾ ਹੁਣ ਅਸਰ ਕੁਝ ਹੋਏਗਾ ਕਿਉਂਕਿ ਸ਼੍ਰੋਮਣਿਕਾਲੀਦਨ ਲਈ ਪਿਛਲੇ ਛਾਪੇਮਾਰੇ ਸੀ ਦੇਖੋ ਰਵਨੀਤ ਸਿੰਘ ਬਿੱ ਐਕਟਿਵ ਐ ਨੌਜਵਾਨ ਆ ਪਾਰਲੀਮੈਂਟ ਮੈਂਬਰ ਆ ਤਿੰਨ ਵਰਗੀਆਂ ਹੋ ਗਈਆਂ ਨੇ ਜੀ ਉਹਨੇ ਛਾਪਾ ਮਾਰਿਆ ਚਲੋ ਉਹਦਾ ਛਾਪਾ ਮਾਰਨ ਦਾ ਹੱਕ ਆ ਇਦਾਂ ਦਾ ਛਾਪਾ ਜਦੋਂ ਚਰਨਜੀਤ ਸਿੰਘ ਉਹ ਚੰਨੀ ਦੀ ਸਰਕਾਰ ਸੀ ਉਦੋਂ ਬਿਆਸ ਦਰਿਆ ਦੇ ਪੁਲ ਦੇ ਲਾਗੇ ਇੱਕ ਇਸੇ ਤਰ੍ਹਾਂ ਦੀ ਮਾਈਨਿੰਗ ਸਾਈਟ ਤੇ ਸੁਖਬੀਰ ਸਿੰਘ ਉਹ ਬਦਲ ਨੇ ਵੀ ਮਾਰਿਆ ਸੀ ਤੇ ਉਹਨੇ ਕਿਹਾ ਸੀ ਕਾਂਗਰਸੀ ਆ ਨਜਾਇਜ਼ ਮਾਈਨਿੰਗ ਕਰਦੇ ਆ ਸਖਬੀਰ ਸਿੰਘ ਬਿੱਟੂ ਨੂੰ ਉਦੋਂ ਵਾਲਾ ਆਪਣਾ ਬਿਆਨ ਵੀ ਦੱਸ ਦੇਣਾ ਚਾਹੀਦਾ ਜੀ ਕਿ ਸਖਬੀਰ ਸਿੰਘ ਬਾਦਲ ਦੇ ਛਾਪੇ ਦੇ ਉੱਤੇ ਰਵਨੀਤ ਸਿੰਘ ਬਿੱਟੂ ਨੇ ਕੀ ਆਖਿਆ ਸੀ ਜੀ ਇਹ ਇਦਾਂ ਦੇ ਛਾਪੇ ਅੱਜ ਤੋਂ ਨਹੀਂ ਵੱਜਦੇ ਛਾਪੇ ਤੇ ਬੜੇ ਚਿਰ ਦੇ ਵੱਜ ਰਹੇ ਆ ਪਰ ਉਦੋਂ ਵੱਡੀ ਗੱਲ ਏ ਕਿ ਜਿਹੜਾ ਮਾਈਨਿੰਗ ਦਾ ਰੋਲਾ ਪੈਣਾ ਸ਼ੁਰੂ ਹੋਇਆ ਉਹਦੇ ਚ ਪਹਿਲੀਆਂ ਸ਼ਿਕਾਇਤਾਂ ਅੱਜ ਤੋਂ ਕੋਈ 25 ਸਾਲ ਪਹਿਲੇ 25 ਨੇ 27 28 ਸਾਲ ਪਹਿਲਾਂ ਬਿੱਟੂ ਦੇ ਦਾਦਾ ਜੀ ਦੀ ਸਰਕਾਰ ਦੇ ਵਕਤ ਹੋਈਆਂ ਸੀ ਤੇ ਉਹਨਾਂ ਦੇ ਨਾਲ ਪੋਲੀਟੀਕਲ ਸੈਕਟਰੀ ਹੁੰਦਾ ਸੀ ਗੁਰਮੀਤ ਸਿੰਘ ਗੁਰਮੀਤ ਸਿੰਘ ਦੇ ਖਿਲਾਫ ਦੋਸ਼ ਲੱਗਾ ਸੀ ਕਿ ਨੇ ਕੁਝ ਲੋਕਾਂ ਨੂੰ ਚਿੱਟਾਂ ਦਿੱਤੀਆਂ ਉਹਨੇ ਆਖਿਆ ਮੈਂ ਦਿੱਤੀਆਂ ਨਹੀਂ ਆਪੇ ਬਣਾਈ ਫਿਰਦੇ ਫਿਰ ਮੁੜ ਕੇ ਬਾਦਲ ਸਾਹਿਬ ਦੀ ਸਰਕਾਰ ਆ ਗਈ 1997 ਵਿੱਚ ਇਹੀ ਕੇਸ ਹਾਈ ਕੋਰਟ ਚ ਗਿਆ ਕਿ ਟਰੱਕਾਂ ਵਾਲਿਆਂ ਨੂੰ ਦੁਆਬੇ ਦਾ ਇੱਕ ਮੰਤਰੀ ਚਿੱਟਾਂ ਦਿੰਦਾ ਮంత్రి ਨੇ ਜਾ ਕੇ ਆਖਿਆ ਜੀ ਮੈਂ ਚਿੱਟ ਤੇ ਹੀ ਆਖਿਆ ਕਿ ਮੇਰਾ ਬੰਦਾ ਲੰਘ ਜਾਣ ਦਿਓ ਇਹਨੂੰ ਤੰਗ ਨਾ ਕਰਿਓ ਮੈਂ ਇਤਨੀ ਆਖਿਆ ਕਿ ਨਜਾਇਜ਼ ਮਾਲ ਲੰਘ ਜਾਣ ਦਿਓ ਜੀ ਮੈਂ ਪੋਲਿਟਿਕਲ ਬੰਦਾ ਹੈ ਨਾ ਆਖਿਆ ਲਿਖ ਦਿਓ ਜੀ ਸਾਡਾ ਬੰਦਾ ਮੈਂ ਕਿਹਾ ਸਾਡਾ ਬੰਦਾ ਵੀ ਚਿੱਟ ਦੇ ਦਿੱਤੀ ਐਦੋਂ ਬਾਅਦ ਕੁਝ ਗੱਲ ਟਾਲ ਗਿਆ ਪਰ ਮਤਲਬ ਇੱਕੋ ਸੀ ਉਦੋਂ ਬਾਅਦ ਕਿਹੜੀ ਸਰਕਾਰ ਆ ਜਦੋਂ ਨਹੀਂ ਹੋਈਆਂ ਹੁਣ ਰਵਨੀਤ ਸਿੰਘ ਬਿੱਟੂ ਨੇ ਜਾ ਕੇ ਆਖਿਆ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਆ ਜੀ ਮਾਈਨਿੰਗ ਕਰਨ ਵਾਲੇ ਕੌਣ ਆ ਉਹਨੇ ਆਮ ਆਦਮੀ ਪਾਰਟੀ ਦੇ ਬੰਦਿਆਂ ਤੇ ਦੋਸ਼ ਲਾਇਆ ਆਮ ਆਦਮੀ ਪਾਰਟੀ ਦਾ ਜਵਾਬ ਦੇਵੇ ਜੇ ਕਾਂਗਰਸੀਆਂ ਤੇ ਦੋਸ਼ ਲੱਗਦੇ ਸੀ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਨਿਆਇਜ ਮਾਈਨਿੰਗ ਕਰਦੇ ਜਵਾਬ ਦੇਣ ਅਕਾਲੀਆਂ ਦੇ ਬੰਦਿਆਂ ਤੇ ਲੱਗਦੇ ਸੀ ਆਮ ਆਦਮੀ ਪਾਰਟੀ ਕਹਿੰਦੀ ਸੀ ਜਵਾਬ ਦੇਣ ਤੇ ਅੱਜ ਆਪਣੇ ਬੰਦਿਆਂ ਤੇ ਲੱਗੇ ਦੇ ਤੁਸੀਂ ਵੀ ਜਵਾਬ ਦਿਓ ਜੀ ਦੂਸਰਾ ਇਹ ਚੈੱਕ ਕਰ ਲੈਣਾ ਚਾਹੀਦਾ ਕਿ ਜਿੱਥੇ ਛਾਪਾ ਇਸ ਤਰ੍ਹਾਂ ਦਾ ਮਾਰਿਆ ਗਿਆ ਉਹ ਸਾਈਟ ਜਾਇਜ਼ ਆ ਕਿ ਨਜਾਇਜ਼ ਆ ਜੇ ਸਾਈਟ ਲੀਗਲ ਹੈ ਕੱਲ ਨੂੰ ਇਹੋ ਹੀ ਨਿਕਲਾਵੇ ਸੁਖਵੀਰ ਸਿੰਘ ਬਾਦਲ ਨੇ ਛਾਪਾ ਮਾਰਿਆ ਸੀ ਤੇ 1 ਘੰਟੇ ਬਾਅਦ ਉਸ ਮਾਈਨਿੰਗ ਸਾਈਟ ਦਾ ਠੇਕੇਦਾਰ ਉਹ ਕਾਗਜ਼ ਲੈ ਕੇ ਆ ਗਿਆ ਜੀ ਮੇਰੇ ਕੋਲ ਤੇ ਬਕਾਇਦਾ ਹਲਟ ਹੋਈ ਸਾਈਟ ਐ ਤੇ ਮੇਰੇ ਕੰਮ ਚ ਦਖਲ ਦਿੱਤਾ ਉਹਨੇ ਜਾ ਕੇ ਥਾਣੇ ਰਿਪੋਰਟ ਦਰਜ ਕਰਾਤੀ ਆ ਪਿਛਲੇ ਹਫਤੇ ਸੁਖਬੀਰ ਸੋ ਬਾਦਲ ਨੂੰ ਉਹ ਚ ਆਪਣੀ ਜਮਾਨਤ ਕਰਾਉਣੀ ਪਈ ਉਹ ਕੇਸ ਅਜੇ ਚੱਲਦਾ ਪਿਆ ਜੇ ਕੱਲ ਨੂੰ ਇਹ ਸਾਈਟ ਵੀ ਲੀਗਲ ਨਿਕਲ ਆਵੇ ਜਦੋਂ ਪਿਛਲੀ ਸਰਕਾਰ ਸੀ ਅਜੇ ਕੈਪਟਨ ਅਮਰਿੰਦਰ ਸੋਂਦੀ ਉਦੋਂ ਆਮ ਆਦਮੀ ਪਾਰਟੀ ਦਾ ਰੋਪੜ ਵਾਲਾ ਐਮ ਐਲ اے ਅਮਰਜੀਤ ਸਿੰਘ ਸੰਧੋਆ ਇੱਕ ਸਾਈਟ ਤੇ ਚਲਾ ਗਿਆ ਮੀਡੀਆ ਨਾਲ ਲਿਖ ਕੇ ਉੱਥੇ ਹੱਥੋਂ ਪਾਈ ਹੋਈ ਗੱਲ ਬਹੁਤ ਵੱਡੀ ਜੀ ਸ਼ਾਪੇ ਤੇ ਉਹਦੇ ਵੀ ਵਜੇ ਸੀ ਤੇ ਉਹ ਸਾਈਡ ਕਾਂਗਰਸੀ ਚਲਾਉਂਦੇ ਪਏ ਸੀ ਇੱਥੇ ਕਿਹੜੀ ਪਾਰਟੀ ਆ ਜਿਹਨੇ ਨਹੀਂ ਚਲਾਈਆਂ ਹੁਣ ਮੁਸ਼ਕਲ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਇਹ ਕਹਿ ਕੇ ਆਈ ਹੈ ਕਿ ਅਸੀਂ ਹਰ ਕਿਸਮ ਦੇ ਕ腐ਸ਼ਨ ਦੂਰ ਕਰਾਂਗੇ ਜੇ ਉਹਨਾਂ ਦੇ ਬੰਦੇ ਵੀ ਉਹ ਕੁਝ ਕਰਨ ਲੱਗ ਪੈਣ ਤੇ ਫਿਰ ਲੋਕੀ ਕਹਿਣਗੇ ਨਾ ਕਿ ਤੁਸੀਂ ਵੀ ਤੁਸੀਂ ਤੇ ਕਹਿੰਦੇ ਸੀ ਕ腐ਸ਼ਨ ਦੂਰ ਕਰਾਂਗੇ ਮੈਨੂੰ ਅਜੇ ਬਿਲਕੁਲ ਨਹੀਂ ਪਤਾ ਕਿ ਜਗਰਾਉਂ ਵਾਲੀ ਸਾਈਟ ਜਿਹੜੀ ਆ ਲੀਗਲ ਆ ਕਿ ਇਲਲੀਗਲ ਮੈਨੂੰ ਇਹ ਵੀ ਨਹੀਂ ਪਤਾ ਕਿ ਰਵਨੀਤ ਸਿੰਘ ਬਿੱਟੂ ਨੈਜਰਾਂ ਨੂੰ ਜਾ ਕੇ ਫੜਿਆ ਉਹ ਨਿਆਇਕ ਕੰਮ ਕਰਦੇ ਸੀ ਕਿ ਨਹੀਂ ਪਰ ਇਹ ਮੈਂ ਜਾਣਦਾ ਕਿ ਜੇ ਇਸ ਪਾਰਟੀ ਬਾਰੇ ਆਖਿਆ ਜਾਵੇ ਕਿ ਬਿਲਕੁਲ ਸਾਫ ਸੁਥਰੀ ਰਹਿ ਗਈ ਹੈ ਇਹਨਾਂ ਦੇ 1 2 3 4 ਹੁਣ ਤੱਕ ਇਹਨਾਂ ਦੇ 12 ਵਿਧਾਇਕਾਂ ਤੇ ਦੋਸ਼ ਪੁੱਠੇ ਸਿੱਧੇ ਲੱਗ ਚੁੱਕੇ ਆ ਜੀ ਜੇ 12 ਤੇ ਲੱਗ ਚੁੱਕੇ ਅਜੇ ਤੱਕ ਫੌਜਾਸੂ ਸਲਾਰੀ ਦਾ ਕੇਸ ਹੀ ਕਿਸੇ ਪਾਸੇ ਨਹੀਂ ਲੱਗਾ ਤੇ ਆ ਹੁਣ ਰਵਨੀਤ ਸੋ ਬਿੱਟੂ ਨੇ ਵੀ ਜਾ ਕੇ ਛਾਪਾ ਮਾਰ ਦਿੱਤਾ ਫਿਰ ਇਸ ਪਾਰਟੀ ਨੂੰ ਲੋਕਾਂ ਸਾਹਮਣੇ ਜਾ ਕੇ ਆਪਣਾ ਨੱਕ ਬਚਾਉਣ ਵਾਸਤੇ ਕੁਝ ਕਾਰਵਾਈ ਕਰਨੀ ਚਾਹੀਦੀ ਆ ਪੋਜਾਸੋ ਸਰਾਰੀ ਦਾ ਪੈਂਡਿੰਗ ਕੇਸ ਵੀ ਖੋਲ ਕੇ ਦੇਖਲਾਪ ਕਾਰਵਾਈ ਕਰਨੀ ਚਾਹੀਦੀ ਹੈ। ਉਹਦੀ ਠਾਣੇਦਾਰੀ ਖਤਮ ਹੋਣੀ ਚਾਹੀਦੀ ਹੈ। ਉਹਨੂੰ ਪਾਸੇ ਕਰ ਦੇਣ। ਆ ਜਿਹੜਾ ਸਾਈਟ ਦਾ ਮਾਮਲਾ ਇਹਦੇ 'ਚ ਵੀ ਜੋ ਸੱਚੀ ਗੱਲ ਆ ਜੇ ਨਜਾਇਜ਼ ਕੰਮ ਹੁੰਦਾ ਤੇ ਭਾਵੇਂ ਕੋਈ ਆਪਣਾ ਵੀ ਉੱਤੇ ਪਰਚਾ ਦਰਜ ਕਰੋ ਤੇ ਜੇ ਨਜਾਇਜ਼ ਨਹੀਂ ਜਾਇਜ਼ ਆ ਤੇ ਜਾਇਜ਼ ਦੇ ਕਾਗਜ਼ ਲੋਕਾਂ ਸਾਹਮਣੇ ਰੱਖ ਦਿਓ ਤਾਂ ਕਿ ਪਤਾ ਲੱਗ ਜਾਵੇ ਕਿ ਰਵਨੀਸ਼ ਉਹ ਬਿੱਟੂ ਨੇ ਠੀਕ ਕੀਤਾ ਕਿ ਗਲਤ ਕੀਤਾ। ਦੂਸਰੇ ਪਾਸੇ ਪੰਸੋ ਜੇਕਰ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਸਿੱਖਿਆ ਨੂੰ ਸਾਧਨ ਨਹੀਂ ਬਣ ਦੇਣਾ ਅਸੀਂ ਟਿਊਸ਼ਨ ਫੀਸ ਬੱਚਿਆਂ ਦੀ ਵਾਪਸ ਹੋਣੀ ਚਾਹੀਦੀ ਹੈ ਇਹ ਜਿਹੜਾ ਬਿਆਨ ਆਇਆ ਇਹ ਕੀ ਦੱਸੌਂਦਾ ਹੈ ਇਹ ਮਾਮਲਾ ਸੀ ਅਸਲ 'ਚ ਆਂਧਰਾ ਪ੍ਰਦੇਸ਼ ਦਾ ਜੀ ਉਹਨਾਂ ਨੇ ਮੈਡੀਕਲ ਕਾਲਜਾਂ ਦੀਆਂ ਫੀਸਾਂ 'ਚ ਵਾਧਾ ਕੀਤਾ ਤੇ ਵਾਧਾ ਇਹ ਨਹੀਂ ਕਿ ਪਹਿਲਾਂ ਨਾਲ ਡਿਉੜੀਆਂ ਕਰਤੀਆਂ ਹੋਣ ਦੁੱਗਣੀਆਂ ਕਰਤੀਆਂ ਹੋਣ ਢਾਈ ਗੁਣਾ ਕਰਤੀਆਂ ਹੋਣ ਤਿੰਨ ਗੁਣਾ ਕਰਤੀਆਂ ਹੋਣ 28 7 ਗੁਣਾ ਵਾਧਾ ਕਰਕੇ ਪੰਜੀ-ਪੰਜੀ ਲੱਖ ਨੋਟ ਪਾਉਂਦੀਆਂ ਨੇ। ਸੱਤ ਗੁਣਾ ਵਾਧਾ ਇਕੱਠਾ ਕਿਉਂ ਕੀਤਾ? ਇਸ ਕਹਿਤ ਚਲੀ ਗਈ ਹਾਈ ਕੋਰਟ ਚ। ਉੱਥੋਂ ਦੀ ਹਾਈ ਕੋਰਟ ਨੇ ਇਹ ਅਖਰ ਤੁਸੀਂ ਗਲਤ ਕੀਤਾ। ਉਹਨਾਂ ਨੇ ਦੇ ਖਿਲਾਫ ਫੈਸਲਾ ਦੇ ਦਿੱਤਾ। ਜਿਹੜੇ ਕਾਲਜਾਂ ਵਾਲੇ ਉਹਨਾਂ ਵੱਲੋਂ ਇੱਕ ਬੰਦੇ ਨੇ ਜਾ ਕੇ ਸੁਪਰੀਮ ਕੋਰਟ ਚ ਕੇਸ ਕਰਤਾ ਕਿ ਸਰਕਾਰ ਦੇ ਕੋਲ ਅਧਿਕਾਰ ਹੈ ਕਿ ਕਾਲਜਾਂ ਦੀਆਂ ਫੀਸਾਂ ਵਧਾ ਸਕਦੀ ਹੈ। ਸੁਪਰੀਮ ਕੋਰਟ ਨੇ ਸਾਰੀ ਸੁਣਵਾਈ ਤੋਂ ਬਾਅਦ ਆਖਿਆ ਸਰਕਾਰ ਕੋਲੇ ਇਹੋ ਜਿਹਾ ਕੋਈ ਅਧਿਕਾਰ ਨਹੀਂ। ਕਿ ਉਹ ਐਜੂਕੇਸ਼ਨ ਨੂੰ ਕਮਾਈ ਦਾ ਸਾਧਨ ਬਣਾ ਦੇਵੇ ਜੀ ਐਜੂਕੇਸ਼ਨ ਜਿਹੜੀ ਆ ਬੱਚਿਆਂ ਨੂੰ ਪੜਾਉਣ ਵਾਸਤੇ ਕੱਲ ਨੂੰ ਜਿਹੜੇ ਫਿਊਚਰ ਦੇ ਤੁਸੀਂ ਭਵਿੱਖ ਦੇ ਤੁਸੀਂ ਡਾਕਟਰ ਇੰਜੀਨੀਅਰ ਬਣਾਉਣੇ ਆ ਜਿਨ੍ਹਾਂ ਨੇ ਦੇਸ਼ ਚਲਾਉਣਾ ਜਿਨ੍ਹਾਂ ਨੇ ਸਮਾਜ ਚਲਾਉਣਾ ਜਿਉਂ ਸ਼ੁਰੂ ਚ ਇਸ ਤਰ੍ਹਾਂ ਵੇਖਣ ਕਿ ਐਜੂਕੇਸ਼ਨ ਜਿਹੜੀ ਆ ਕਮਾਈ ਦਾ ਆਧਾਰਾ ਬਣ ਗਿਆ ਇਹ ਕਿਸ ਦੀ ਆੜਤ ਬਣ ਗਈ ਆ ਇਹ ਕਿਸ ਦਾ ਛੈਲਰ ਜਾਂ ਕਾਰਖਾਨਾ ਬਣ ਗਿਆ ਇਹ ਵਿਦੇਕ ਆਧਾਰ ਹੀ ਨਹੀਂ ਰਿਹਾ ਤੇ ਫਿਰ ਇਹ ਨਹੀਂ ਚੱਲਣ ਦੇਣਾ ਸਪਰੀਮ ਕੋਰਟ ਨੇ ਫੈਸਲਾ ਠੀਕ ਕੀਤਾ ਬਲਕਿ ਜਿਹੜਾ ਸ਼ਿਕਾਇਤ ਕਰਨ ਵਾਸਤੇ ਆਇਆ ਸੀ ਬੜਾ ਬਬਲ ਕੇ ਕਿ ਇਹ ਤਾਂ ਜੀ ਸਰਕਾਰ ਦਾ ਹੱਕ ਹੈ ਸਰਕਾਰ ਆ ਕਰ ਸਕਦੀ ਹੈ ਉਹ ਕਰ ਸਕਦੀ ਹੈ ਉਹਨੂੰ ਜੁਰਮਾਨਾ ਵੀ ਮੋਟਾ ਪਾਇਆ ਤੇ ਮੈਂ ਸਮਝਦਾ ਪਉਣਾ ਵੀ ਚਾਹੀਦਾ ਸੀ ਇੱਥੇ ਵਿਦੇਕ ادارےਾਂ ਦੇ ਵਿੱਚ ਹੁਣ ਬਹੁਤ ਸਾਰੇ ਵਿਦੇਕ ادارے ਜਿਹੜੇ ਇਹੋ ਜਿਹੇ ਆ ਜਿਹੜੇ ਅਸਲ 'ਚ ਵਿਦੇਕ ادارے ਰਹਿ ਹੀ ਨਹੀਂ ਗਏ ਵਿਦਿਆ ਵੇਚਣ ਦੀਆਂ ਦੁਕਾਨਾਂ ਬਣ ਗਈਆਂ ਜੀ ਔਰ ਉਹ ਦੁਕਾਨਾਂ ਇਹੋ ਜਿਹੀਆਂ ਕਿ ਸਾਡੇ ਵਕਤ ਜਦੋਂ ਅਸੀਂ ਲੋਕ ਪੜਦੇ ਹੁੰਦੇ ਸੀ ਇਮਤਿਹਾਨਾਂ ਤੋਂ 2 ਮਹੀਨੇ ਪਹਿਲਾਂ ਬੱਚਿਆਂ ਨੂੰ ਸਾਰਿਆਂ ਨੂੰ ਟੀਚਰ ਆਪਣੇ ਕੋਲ ਕਿਸੇ ਸਕੂਲ ਦੇ ਵੱਡੇ ਹਾਲ ਕਮਰੇ 'ਚ ਜਾਂ ਪੰਚਾਇਤ ਵਾਲਿਆਂ ਤੋਂ ਕੁਮਵੰਨ ਕੇ ਕਮਰਾ ਸਰਨ ਉੱਥੇ ਸੱਦ ਲੈਂਦੇ ਸੀ ਇੱਕ ਮੁੰਡੇ ਇੱਕ ਪਾਸੇ ਮੁੰਡਿਆਂ ਦੇ ਬਿਸਤਰੇ ਹੁੰਦੇ ਸੀ ਇੱਕ ਪਾਸੇ ਕੁੜੀਆਂ ਦੇ ਟੀਚਰ ਆਪਣਾ ਬਿਸਤਰਾ ਵਿਚਾਰੇ ਲਾਉਂਦੇ ਸੀ ਰਾਤ ਨੂੰ 11-11 ਵਜੇ ਤੱਕ ਪੜ੍ਹਾਉਂਦੇ ਸੀ ਇਮਤਿਹਾਨ ਦੀ ਤਿਆਰੀ ਕਰਾਉਂਦੇ ਸੀ ਮੁੰਡਿਆਂ ਨੂੰ ਕਹਿੰਦੇ ਸੀ ਕੁੜੀਆਂ ਨੂੰ ਵੀ ਕਹਿੰਦੇ ਸੀ ਘਰਾਂ 'ਚ ਜਿਨ੍ਹਾਂ ਦੇ ਘਰ 'ਚ ਦੁੱਧ ਹੈਗਾ ਲੈ ਕੇ ਆਇਆ ਤੜਕੇ ਉੱਠ ਕੇ ਚਾਹ ਬਣਾਉਣੀ ਪੈ ਸਕਦੀ ਚਾਹ ਮਾਂ ਉੱਥੇ ਬਣਾਉਂਦੇ ਸੀ ਪੀਉਂਦੇ ਸੀ ਪਰ ਮੈਂ ਉਹਨਾਂ ਬੱਚਿਆਂ ਚੋਂ ਆਂ ਜਿਹੜੇ ਹੱਕ ਠੋਕੇ ਕਹਿ ਸਕਦੇ ਆ ਸਾਡੇ ਚ ਕਦੇ ਕਿਸੇ ਟੀਚਰ ਨੂੰ ਬੱਚੇ ਤੋਂ ਕਿਸੇ ਟੀਚਰ ਨੇ ਇੱਕ țeਡਾ ਨਹੀਂ ਸੀ ਲਿਆ ਕਦੇ ਕੋਈ ਘਰ ਆਪਣੇ ਟੀਚਰ ਵਾਸਤੇ ਗੁੜ ਦੀ ਰੋੜੀ ਵੀ ਨਹੀਂ ਸੀ ਲੈ ਕੇ ਗਿਆ ਸਾਨੂੰ ਮੁਫਤ ਪੜਾਉਂਦੇ ਸਨ ਅੱਜ ਹੁਣ ਕਈਆਂ ਥਾਂ ਤੇ ਇਹ ਆ ਕਿ ਸਕੂਲਾਂ ਵਿੱਚ ਆਮ ਤੌਰ ਤੇ ਸਾਰੇ ਟੀਚਰ ਨਹੀਂ ਪਰ ਕੁਝ ਟੀਚਰ ਇਹੋ ਜਿਹੇ ਆ ਜਿਹੜੇ ਬੱਚਿਆਂ ਨੂੰ ਇਸ ਕੱਲ੍ਹ ਦੀ ਕੁੱਟਦੇ ਆ ਕਿ ਤੁਸੀਂ ਸਾਰੇ ਕੋਲ ਟਿਊਸ਼ਨ ਦਿਖਾਓ ਜਦ ਤੱਕ ਉਹ ਟਿਊਸ਼ਨ ਨਹੀਂ ਰਖਾਉਂਦਾ ਬੱਚਾ ਬੈਂਚ ਤੇ ਖੜਾ ਕਰ ਛੱਡਦੇ ਆ ਜਿਸ ਦਿਨ ਟਿਊਸ਼ਨ ਰਖਾ ਲੇ ਉਸੇ ਟੀਚਰ ਕੋਲ ਰਖਾ ਲੇ ਜਦ ਟੀਚਰ ਦੀ ਧੀ ਪੁੱਤ ਨੋ ਦੇ ਕੋਲ ਕਿਸੇ ਕੋਲ ਖਾ ਲਵੇ ਉਹਨੇ ਪਰਿਵਾਰ ਦੇ ਜੀ ਕੋਲ ਅਗਲੇ ਦਿਨ ਸ਼ਾਬਾਸ਼ ਮੇਰਾ ਪੁੱਤਰ ਬਹੁਤ ਬਹੁਤ ਇੰਟੈਲੀਜੈਂਟ ਵਗੈਰਾ ਤੁਰਦਾ ਇੰਟੈਲੀਜੈਂਟ ਹੋ ਜਾਂਦਾ ਕਿਉਂਕਿ ਨੋਟ ਟੀਚਰ ਦੇ ਘਰ ਚਲ ਜਾਂਦੇ ਆ ਇਹ ਇਕੱਲੇ ਟੀਚਰਾਂ ਦੀ ਗੱਲ ਨਹੀਂ ਆ ਐਜੂਕੇਸ਼ਨਲ ਅਧਾਰੀ ਜਿਹੜੇ ਆ ਮੈਂ ਇਹੋ ਜਿਹੇ ਕਾਲਜਾਂ ਨੂੰ ਜਾਣਦਾ ਜਿਨ੍ਹਾਂ ਨੇ ਲੈਕਚਰਰਾਂ ਦੀਆਂ ਤਨਖਾਹ 8 8 9 ਮਹੀਨੇ ਤਿਆਂ ਰੋਕੀਆਂ ਤੇ ਉਹਨਾਂ ਨੂੰ ਆਖਿਆ ਇੰਨੇ ਬੱਚੇ ਲਿਆ ਕੇ ਦਾਖਲ ਕਰਾਓ ਉਹਨਾਂ ਦੀਆਂ ਫੀਸਾਂ ਹੋਣਗੀਆਂ ਤੁਹਾਨੂੰ ਤਨਖਾਹਾਂ ਦੇ ਦਿਆਂਗੇ ਇਹ ਵੀ ਕੰਮ ਹੋਣ ਡਿਆ ਇਹ ਜਿਹੜੀਆਂ ਯੂਨੀਵਰਸਟੀਆਂ ਨੇ ਯੂਨੀਵਰਸਟੀਆਂ ਵੀ ਕਮਾਈ ਦੇ ਅੱਡੇ ਬਣ ਜਾਣ ਕਾਲਜ ਵੀ ਕਮਾਈ ਦੇ ਅੱਡੇ ਬਣ ਜਾਣ ਤੇ ਜਿਹੜੇ ਬੱਚੇ ਬਚਪਨ ਤੋਂ ਲੈ ਕੇ ਮਾਪੇ ਦੇ ਖੂਨ ਪਸੀਨੇ ਦੀ ਕਮਾਈ ਇਹਨਾਂ ਕਾਲਜਾਂ ਦੇ ਅੱਗੇ ਢੇਰੀ ਕਰਕੇ ਪੜਨਗੇ ਉਹ ਫਿਰ ਪੜਨ ਤੋਂ ਬਾਅਦ ਸਮਾਜ ਦੀ ਸੇਵਾ ਨਹੀਂ ਕਰਨਗੇ ਉਹ ਲੋਕਾਂ ਦੀ ਜੇਬਾ ਘਟਣਗੇ ਇਹ ਲੋਕਾਂ ਨੂੰ ਜੇਬਾ ਕਟਣੀ ਹੈ ਇਸ ਕੋਦੇ ਪਹਿਲੇ ਜਿਹੜਾ ਵੀ ਅਦਾਰਾ ਭਾਵੇਂ ਕੋਈ ਧਾਰਮਿਕ ਅਦਾਰਾ ਹੋਵੇ ਭਾਵੇਂ ਕੋਈ ਪ੍ਰਾਈਵੇਟ ਅਦਾਰਾ ਹੋਵੇ ਭਾਵੇਂ ਕੋਈ ਸਰਕਾਰੀ ਜਾਂ ਅਰਧ ਸਰਕਾਰੀ ਅਦਾਰਾ ਹੋਵੇ ਸਰਕਾਰੀ ਸਹਾਤਾ ਨਾਲ ਚੱਲਦਾ ਹੋਵੇ ਇਹਨਾਂ ਸਾਰੇ ਆਧਾਰਿਆਂ ਦੇ ਵਿੱਚ ਫੀਸਾਂ ਚਾਹੀਦੀਆਂ ਇਸ ਹੱਦ ਤੱਕ ਚਾਹੀਦੀਆਂ ਕਿ ਬੱਚੇ ਤੇ ਉਹਨਾਂ ਦੇ ਬਾਪੇ ਚੀਕਾਂ ਨਾ ਮਾਰਨ ਲੱਗ ਪਣ ਇੱਕ ਹੱਦ ਤੱਕ ਰੱਖ ਕੇ ਅਫੀਸਰ ਰੱਖਣੀਆਂ ਚਾਹੀਦੀਆਂ ਆਧਰਾ ਪ੍ਰਦੇਸ਼ ਵਿੱਚ ਜਿਹੜਾ ਤਜਰਬਾ ਕੀਤਾ ਗਿਆ ਕਿ ਇੱਕੇ ਵਾਰੀ ਫੀਸਾਂ 7 ਗੁਣੀਆਂ ਵਧਾ ਦਿਓ ਜਿਹੜਾ ਐਡਾ ਵੱਡਾ ਫੈਸਲਾ ਕੀਤਾ ਗਿਆ ਇਹ ਫੈਸਲਾ ਸਰਾਸਰ ਗਲਤ ਸੀ ਜੇ ਸੁਪਰੀਮ ਕੋਰਟ ਇਸ ਫੈਸਲੇ ਨੂੰ ਹੁਣ ਰੋਕ ਨਾ ਦਿੰਦੀ ਤੇ ਇਹ ਇਨਫੈਕਸ਼ਨ ਸਾਰੇ ਦੇਸ਼ ਵਿੱਚ ਕਲਰੀ ਸੀ ਵੇਖੋ ਵੇਖੀ ਉਸ ਫੈਸਲੇ ਦਾ ਹਵਾਲਾ ਦੇ ਕੇ ਕਿ ਅਦਾਲਤ ਨੇ ਉਸ ਫੈਸਲੇ ਨੂੰ ਜੱਜ ਮੰਨਿਆ ਆ ਸਾਡੇ ਪੰਜਾਬ ਵਿੱਚ ਵੀ ਜਿੰਨੇ ਕਾਲਜ ਐ ਜਿੰਨੇ ਯੂਨੀਵਰਸਟੀਆਂ ਇਹਨਾਂ ਸਾਰਿਆਂ ਦੀ ਆਪਣੀਆਂ ਫੀਸਾਂ ਵਧਾ ਦੇਣੀਆਂ ਸੀ ਸੁਪਰੀਮ ਕੋਰਟ ਨੇ ਠੀਕ ਫੈਸਲਾ ਕੀਤਾ ਭਾਰਤ ਦੇ ਲੋਕਾਂ ਨੂੰ ਬਚਾ ਦਿੱਤਾ ਉਹਨਾਂ ਲੋਕਾਂ ਦੇ ਸਾਡੇ ਪੰਜਾਬ ਦੇ ਲੋਕ ਵੀ ਨੇ ਜੀ ਪੰਸਾਬ ਉਹਦੇ ਇਟਲੀ ਦੀ ਗੱਲ ਕਰਨੀ ਹੈ ਇਟਲੀ ਦੀ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਚਿਹਰੇ ਨੂੰ ਸ਼ਾਮਲ ਕੀਤਾ ਹੈ ਕਹਿੰਦੇ ਉਹ ਨਾਦੀਬ ਵਿਚਾਰਧਾਰਾ ਨਾਲ ਸੰਬੰਧ ਰੱਖਦਾ ਪਰ ਵਿਰੋਧ ਬਹੁਤ ਹੋਣ ਲੱਗ ਪਿਆ ਇਹ ਕੀ ਮਾਮਲਾ ਜੀ ਦੁੱਖ ਨਵਜੀਤ ਜਿਹੜੇ ਦੂਸਰੇ ਸੰਸਾਰ ਜੰਗ ਲੱਗੇ ਸੀ ਜੀ ਫਾਸ਼ੀਜ਼ਮ ਉਹਦੇ ਵਿੱਚ ਲੋਕਾਂ ਵੇਖ ਲਿਆ ਉਸ جنگ ਦੇ ਵਿੱਚ ਹਿਟਲਰ ਜਰਮਨੀ ਦਾ ਡਿਕਟੇਟਰ ਸੀ ਇਟਲੀ ਦਾ ਮੁਸੋਲਿਨੀ ਇਹਨਾਂ ਨੇ ਰਲ ਕੇ ਜਾਪਾਨ ਨਾਲ ਇਹਨਾਂ ਸਾਰਿਆਂ ਨੇ ਜਿਹੜੀ ਤਬਾਹੀ ਮਚਾਈ ਉਹਨਾਂ 5-6 ਸਾਲਾਂ ਦੇ ਵਿੱਚ 5 ਕਰੋੜ 35 ਲੱਖ ਲੋਕ ਮਾਰੇ ਗਏ ਸਨ ਗੈਸ ਦੇ ਚੈਂਬਰਾਂ 'ਚ ਬੰਦ ਕਰ ਕਰਕੇ ਗੈਸ ਛੜਾ ਕੇ ਮਾਰ ਦੁੱਤੇ ਸਨ ਵੱਡੇ ਵੱਡੇ ਹਾਲ ਕਮਰਿਆਂ 'ਚ ਟੂਟੀਆਂ ਲਾ ਕੇ ਜੰਗੀ ਕੈਦੀਆਂ ਨੂੰ ਆਖਿਆ ਜਾਓ ਜਾ ਕੇ ਨਹਾ ਲੋ ਉਹ ਨਹਾਉਣ ਵਾਸਤੇ ਗਏ ਉੱਥੇ ਜਦੋਂ ਸਾਰਾ ਉਹ ਕਮਰਾ ਭਰ ਗਿਆ ਨਹਾਉਣ ਵਾਲਿਆਂ ਨਾਲ ਤੇ ਉੱਪਰੋਂ ਜਿਹੜਾ ਪਾਣੀ ਛੱਡਿਆ ਉਹ ਪਾਣੀ ਇਸ ਤਰ੍ਹਾਂ ਦਾ ਸੀ ਕਿ ਸਾਰੀ ਚਮੜੀ ਉੱਧਰ ਜਾਵੇ ਤੜਫ ਕੇ ਮਰ ਜਾਣ ਇਹਨਾਂ ਕੁਝ ਹੋਇਆ ਸੀ ਲੋਕਾਂ ਨੇ ਨਾਜ਼ੀਜ਼ਮ ਵੇਖਿਆ ਹੋਇਆ ਸਾਡੇ ਭਾਰਤ ਵਿੱਚ ਸਵਾਸਤਿਕ ਦਾ ਚਿੰਨ ਇੱਕ ਧਰਮ ਦੇ ਵਿੱਚ ਬਹੁਤ ਪਵਿੱਤਰ ਗਿਣਾ ਜਾਂਦਾ ਉਹ ਸਵਾਸਤਿਕਾ ਉੱਥੇ ਇਟਲੀ ਦੇ ਵਿੱਚ ਜਰਮਨੀ ਚ ਨਾਜੀਵਾਦ ਦਾ ਚਿੰਨ ਬਣਿਆ ਜਾਂਦਾ ਉਹਨੋ ਤੇ ਇਟਲੀ ਦੇ ਚੋਣਾਂ ਹਿੰਆ ਤੇ ਪਿਛਲੇ ਮਹੀਨੇ ਅਕਤੂਬਰ ਦੇ ਵਿੱਚ ਜਿਹੜੀ ਬੀਬੀ ਜਾਰਜੀਆ ਮੈਲੋਨੀ ਨਵੀਂ ਪ੍ਰਧਾਨ ਮੰਤਰੀ ਬਣੀ ਆ ਉਸ ਬੀਬੀ ਨੇ ਆਪਣੇ ਨਾਲ ਇੱਕ ਮੰਤਰੀ ਬਣਾ ਲਿਆ ਜਿਹੜਾ ਜਿੰਨ ਮੈਂ ਭੁੱਲਦਾਂ ਨਹੀਂ ਗਲੈਜੋ ਬੇਗਾਮੀ ਬਿਰਗਾਮੀ ਕੋਈ ਇਦਾਂ ਦਾ ਨਾਮ ਦਾ ਇਹ ਬੀਬੀ ਆਪ ਵੀ ਜਿਹੜੀ ਪਾਰਟੀ 브ਦਰਸ ਪਾਰਟੀ ਨੇ ਬਣਾਈ ਆ ਉਹ ਸਾਰੀ ਇਸ ਤਰ੍ਹਾਂ ਦੀ ਹੈ ਕਿ ਇਟਲੀ ਦੇ ਵਿੱਚ ਇਟਲੀ ਵਾਲੇ ਬਾਹਰੋਂ ਆਏ ਬਰਦਾਸ਼ਤ ਨਹੀਂ ਕਰਨੇ ਬਹੁਤ ਕਟੜਪੰਥੀ ਪਾਰਟੀ ਹੈ। ਉਹਦੇ ਵੱਲੋਂ ਪਹਿਲੀ ਵਾਰੀ ਐਨੀ ਰਾਈਟਿਸਟ ਪਾਰਟੀ ਸੈਕੰਡ ਵਰਲਡ ਵਾਰ ਤੋਂ ਬਾਅਦ ਹੁਣ ਸੱਤਾ ਚਾਹੀਏ। ਉਹਦੀ ਸਰਕਾਰ ਬਣਨ ਤੋਂ ਬਾਅਦ ਅਜੇ 22 ਅਕਤੂਬਰ ਨੂੰ ਸਰਕਾਰ ਬਣੀ ਹੈ। ਤੇ ਤਿੰਨ ਹਫ਼ਤਿਆਂ ਬਾਅਦ ਉਹਨੇ ਇੱਕ ਮੰਤਰੀ ਇਹੋ ਜਿਹਾ ਸ਼ਾਮਲ ਕਰ ਲਿਆ। ਜਿਹੜਾ ਕਈ ਸਾਲ ਪਹਿਲਾਂ ਇੱਕ ਮਜਾਰੇ 'ਚ ਸ਼ਾਮਲ ਰਹਿ ਚੁੱਕਾ ਤੇ ਉਹਦੇ ਮੋਢੇ ਦੇ ਉੱਤੇ ਸਵਾਸਤਿਕਾ ਦਾ ਨਿਸ਼ਾਨ ਜਿਹੜਾ ਉਸ ਦੇਸ਼ ਵਿੱਚ ਨਾਜੀਵਾਦ ਦਾ ਨਿਸ਼ਾਨ ਹੈ। ਉਹ ਲੱਗਾ ਇਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਲਹਿਰ ਚੱਲੀ ਗਈ ਕਿ ਬੀਬੀ ਇੱਕ ਵਾਰੀ ਫੇਰ ਨਾਜੀਵਾਦ ਲਿਆਉਣਾ ਚਾਹੁੰਦੀ ਹੈ ਫਿਰ ਦੁਨੀਆ ਦੇ ਉੱਤੇ ਫਾਸਿਜ਼ਮ ਫੁਲਾਉਣਾ ਚਾਹੁੰਦੀ ਹੈ ਅਜੇ 2-3 ਦਿਨ ਪਹਿਲਾਂ ਰੂਸ ਨੇ ਯੂਨਨੋ ਇੱਕ ਮਤਾ ਪੇਸ਼ ਕੀਤਾ ਸੀ ਕਿ ਅੱਡ-ਅੱਡ ਦੇਸ਼ਾਂ ਦੇ ਵਿੱਚ ਹੇਟ ਕਰਾਈਮ ਵੱਧ ਰਿਹਾ ਔਰ ਹੇਟ ਕਰਾਈਮ ਦੇ ਵਿੱਚ ਨਾਲ ਉਸ ਮਤੇ 'ਚ ਇਹ ਲਿਖਿਆ ਸੀ ਕਿ ਬਹੁਤ ਸਾਰੇ ਦੇਸ਼ਾਂ 'ਚ ਆਕਿਆ ਜਾ ਰਿਹਾ ਕਿ ਸਾਡਾ ਦੇਸ਼ ਸਿਰਫ ਸਾਡੇ ਲਈ ਇਹੋ ਜਿਹੇ ਲੋਕ ਵੀ ਇਹ ਗੱਲ ਕਹਿੰਦੇ ਆ ਜਿਨ੍ਹਾਂ ਦਾ ਬਾਪ ਜਾਂ ਦਾਦਾ ਦੂਜੇ ਦੇਸ਼ ਤੋਂ ਆਇਆ ਸੀ ਉਹ ਕਹਿੰਦੇ ਹੁਣ ਅਸੀਂ ਇੱਥੇ ਜਮੇ ਪੜੇ ਸਾਡਾ ਦੇਸ਼ ਸਾਡੇ ਲਈ ਇਹ ਜਿਹੜਾ ਕੱਟੜਪੰਥ ਆ ਇਹਦੇ ਨਾਲ ਜਿਹੜੀ ਸਾਰੇ ਦੁਨੀਆ ਚ ਬੜੀ ਡਰਾਉਣੀ ਜੀ ਲਹਿਰ ਉੱਠੀ ਆ ਉਹਦੇ ਬਾਰੇ ਸਾਰੀ ਦੁਨੀਆ ਨੂੰ ਸੋਚਣਾ ਪਏਗਾ ਮਾਮਲਾ ਇਟਲੀ ਦਾ ਪ੍ਰਧਾਨ ਮੰਤਰੀ ਉਥੋਂ ਇਹ ਲੋਕਾਂ ਨੇ ਚੁਣੀ ਆ ਮੰਤਰੀ ਕਿਹਨੂੰ ਸ਼ਾਮਲ ਕਰਨਾ ਉਹਦੀ ਮਰਜ਼ੀ ਪਰ ਇਸ ਮਸਲੇ ਨੂੰ ਬਾਕੀ ਦੁਨੀਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਇਹਦੇ ਚੋਂ ਸੰਕੇਤ ਬੜੇ ਖਤਰਨਾਕ ਮਿਲਦੇ ਆ ਅੱਛਾ ਪਰ ਸਰ ਉਹ ਤੇ ਜਿਹੜੇ ਪਾਕਿਸਤਾਨ ਦੇ ਹਾਲਾਤ ਹੈ ਉਹ ਕਿੰਨੇ ਕ ਗੰਭੀਰ ਨਜ਼ਰ ਆ ਰਹੇ ਕਿਉਂਕਿ ਇਮਰਾਨ ਖਾਨ ਲੌਂਗ ਮਾਰਚ ਕਰਦੇ ਪਏ ਐ ਦੂਸਰੇ ਪਾਸੇ ਸ਼ਾਹ ਬਾਦ ਸ਼ਰੀਫ ਹੈ ਉਹ ਵੀ ਕਹਿ ਰਿਹਾ ਕਿ ਅਸੀਂ ਮਾਰਚ ਰੋਕ ਦੇਣਾ ਤੇ ਦੂਸਰੇ ਪਾਸੇ ਇਮਰਾਨ ਖਾਨ ਦੇ ਖਿਲਾਫ ਇੱਕ ਕੇਸ ਦਰਜ ਕਰਨ ਨੂੰ ਕਿਹਾ ਗਿਆ ਸੀਗਾ ਹੁੰਦਾ ਨਹੀਂ ਪਿਆ ਸੀ ਕੱਲ ਕੀਤਾ ਇਹਦਾ ਕੀ ਕਰਨਾ ਲੇਟ ਕਾ ਤੋ ਕਰਤਾ ਕੰਮ ਮਾਰਚ ਰੋਕਣ ਵਾਲੇ ਤੇ ਉਹਨਾਂ ਦੇ ਪੈਦਲੇ ਫੇਲ ਹੋ ਗਏ ਉੱਥੇ ਰੁਕਿਆ ਨਹੀਂ ਜਾਣਾ ਜੀ ਇਮਰਾਨ ਖਾਨ ਕੱਲਾ ਆਪਣੀ ਪਾਰਟੀ ਨਾਲ ਬਾਕੀ ਸਾਰੀਆਂ ਪਾਰਟੀਆਂ ਤੇ ਭਾਰੂ ਐ ਸੋੜੇ ਫੌਜ ਵਾਲੇ ਵੀ ਜ਼ੋਰ ਲਾ ਕੇ ਹਟ ਗਏ ਅਜੇ ਤੱਕ ਉਹਨੇ ਪਰਵਾਹ ਨਹੀਂ ਕੀਤੀ ਕੱਲ ਨੂੰ ਫੌਜ ਰਾਜਪਟਾ ਕਰ ਜਾਵੇ ਮੈਨੂੰ ਪਤਾ ਨਹੀਂ ਹੁਣ ইমরান ਖਾਨ ਤੇ ਹਤਲ ਹਮਲਾ ਹੋਇਆ ਪੰਜ ਦਿਨ ਲੰਘੇ ਹਮਲਾ ਹੋਇਆ ਇਹਨੂੰ ਤੇ ਉਹਦੇ ਕੇਸ ਦੀ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਦਰਜ ਨਹੀਂ ਸੀ ਹੋ ਰਹੀ ਇਹ ਮਸਲਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਉੱਤੇ ਗੋਲੀ ਚੱਲੀ ਹੈ ਤੁਸੀਂ ਜਾਂਚ ਵਿੱਚ ਜੋ ਮਰਜ਼ੀ ਕਰ ਲਿਓ ਪਰ ਤੁਸੀਂ ਪਰਚਾ ਦਰਜ ਕਿਉਂ ਨਹੀਂ ਕਰਦੇ ਜੀ ਅਖੀਰ ਕੱਲ ਸਰਕਾਰ ਨੇ ইমরান ਖਾਨ ਦੇ ਦਵਾਤਲੇ ਨਹੀਂ ਸਪਰੀਮ ਕੋਰਟ ਦੇ ਦਬਾਅ ਥੱਲੇ ਉਹ ਪਰਚਾ ਦਰਜ ਕਰ ਲਿਆ ਇਹ ਪਰਚਾ ਦਰਜ ਹੁੰਦਾ ਅਗੋ ਪਤਾਲ ਉਦੀ ਕਿਦੋਂ ਕਿਦੋਂ ਜਾਂਦੀ ਮੈਂ ਉਹ ਚ ਨਹੀਂ ਰਹਿਣਾ ਚਾਹਦਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਹਿਲੇ ਪ੍ਰਧਾਨ ਮੰਤਰੀ لیاقت ਅਲੀ ਤੋਂ ਖਾਨ ਤੋਂ ਲੈ ਕੇ ਬੇਨਗੀਰ ਪੁੱਟੋ ਤੱਕ ਉੱਥੋਂ ਦੇ ਖੂਨ ਖਰਾਬੇ ਦਾ ਇਤਿਹਾਸ ਬਹੁਤ ਲੰਮਾ ਇਬਰਾਨ ਖਾਨ ਤੇ ਵੀ ਹਮਲਾ ਹੋਇਆ ਇਨ੍ਹਾਂ ਦਿਨਾਂ ਦੇ ਵਿੱਚ ਉੱਥੇ ਜਿੰਨੀ ਜ਼ਿਆਦਾ ਟੈਨਸ਼ਨ ਸਿਆਸੀ ਟਕਰਾਅ ਜਿੰਨਾ ਵੱਧ ਗਿਆ ਇਹ ਕਹਿੰਦੇ ਸਾਡੇ ਤੇ ਹਮਲਾ ਸ਼ਾਹਬਾਜ਼ ਸ਼ਰੀਫ ਤੇ ਉਹਦੇ ਬੰਦਿਆਂ ਨੇ ਕਰਾਇਆ ਪਾਇਦੇ ਮੇਜੇ ਜਨਨ ਕਰਾਇਆ ਉਹ ਕਹਿੰਦੇ Imran Khan ਡਰਾਮਾ ਕਰਦਾ ਡਰਾਮੇਬਾਜੀ ਆ ਕਿ ਨਹੀਂ ਸੰਨ ਨਹੀਂ ਪਤਾ ਪਰ ਇਸ ਟਕਰਾਅ ਦੇ ਵਿੱਚ ਕਈ ਵਾਰੀ ਹੁੰਦਾ ਏ ਕਿ ਦੋਵੇਂ ਤਰ੍ਹਾਂ ਲੜਦਿਆਂ ਰਹਿੰਦੀਆਂ ਤੇ ਕੋਈ ਤੀਸਰੀ ਧਿਰ ਵੀ ਦਾ ਲਾ ਜਾਂਦੀ ਹੁੰਦੀ ਆ ਜੀ ਉੱਥੇ ਅੱਤਵਾਦੀਆਂ ਦੇ ਇੱਕ ਗਰੁੱਪ ਤਹਿਰੀਕੇ Taliban Pakistan TTP ਬਹੁਤ ਸਰਗਰਮ ਜੇ ਕੱਲ ਨੂੰ ਉਹਨਾਂ ਚੋਂ ਕਿਸੇ ਨੇ ਆ ਕੇ ਕੋਈ ਵਾਰਦਾਤ ਕਰ ਦਿੱਤੀ ਤੇ ਦੋਵੇਂ ਜਿਹੜੀਆਂ ਰਾਜ ਸੱਤਾ ਦੇ ਲੜਦੀਆਂ ਤਰ੍ਹਾਂ ਨੇ ਇਹ ਅੱਖਾਂ 'ਚ ਸੁਣ ਦੇ ਕੇ ਰੋਂਣ ਗਿਆ ਹੁਣ ਸੁਪਰੀਮ ਕੋਰਟ ਨੂੰ ਦਖਲ ਦੇ ਕੇ ਪਰਚਾ ਦਰਜ ਕਰਾਉਣਾ ਪਵੇ ਇਹ ਸ਼ਰਮਨਾਕ ਸਥਿਤੀ ਆ ਸਾਬਕਾ ਪ੍ਰਧਾਨ ਮੰਤਰੀ ਤੇ ਹਮਲਾ ਹੋਇਆ ਸੀ ਮੌਕੇ ਦੀ ਸਰਕਾਰ ਨੂੰ ਮਤਭੇਦ ਪਾਸੇ ਰੱਖ ਕੇ ਸਭ ਤੋਂ ਪਹਿਲਾਂ ਇਸ ਮਾਮਲੇ 'ਚ ਪਰਚਾ ਦਰਜ ਕਰਨਾ ਚਾਹੀਦਾ ਸੀ ਪਰਚਾ ਦਰਜ ਕਰਨ ਤੇ ਦੇਰ ਕੀਤੀ ਗਲਤ ਕੀਤਾ ਤੇ ਇਹੋ ਕਾਰਨ ਹੈ ਕਿ ਇਸ ਛੋਟੇ ਜਿਹੇ ਕੰਮ ਵਾਸਤੇ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਪਰਸਾ ਖਬਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਸਰ ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਨਵਜੀਤ ਜੀ ਬਹੁਤ-ਬਹੁਤ ਧੰਨਵਾਦ ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਇੱਕ ਤਰ੍ਹਾਂ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ